दुश्मनी तो उदों ही पई जो ये साढ़े पिंड ना कुछ बंदे बनियाल पिंड मुसलमाना दा सी इत्थे लुटमार कर चल गए है। आहो वो फिर ये कले कले सीगे मुसलमान थोड़े ज्यादा सीगे कट्ठे सीगे डाकू वगैरह भी सी गुंडे भी सीगे उन्होंने फिर बंदे बंदे फिर तीन चार साढ़े पिंड मार दिते बनियाल वाले ने मुसलमानों ने कुछ बंदे जिन्हां दे ब्याह नसी होए उन्होंने एक अद्धी मुसलमान इधरों फड़ के लिया दी साढ़े पिंड आई सी इत्थे कि साढ़े लागे ही सीगा वो फिर उन्हें कदे अपने चिट्ठी चुट्ठी लिखी उधर अपने जिथे वो गए सी पाकिस्तान वाले वो फिर इत्थों लै गए सी उन्हों बनियाल दा बंदा मारिया सी वह साढ़े इत्थे लागे सी गुआंढी उन्होंने मारिया सी बेचारा हाथ भी जोरदार मुंडा सीगा मुसलमान दा आहो मैं चौथी क्लास पास की थी सी उदो असी पढ़ाई उर्दू च करते होंगे सी इसे पंजाब च उर्दू चलता सी उदो ते मैं चौथी क्लास च पास हो गया अपना चंगे नंबर च वजीफे भी गया सी मैं बलगणा बलगणा लिखा ना उरले पासे उत्थे गया पर वो सानू कुछ सवाल इहो जिहे मतलब औखे पाते सानू फिर वजीफा मिलिया नहीं गा ते मैं फिर अपना उस तो बाद मैं डी ए वी स्कूल च मैं पढ़न लग पिया डी ए वी स्कूल देखा उरले बलगणा दे नाल ही है उत्थे मैं पढ़न लग पिया उत्थे फिर असीं दो तीन महीने पढ़े अपना उत्थे चरणजी लाल हेडमास्टर सीगा उस समय डी ए वी स्कूल चरणजी आहो ते इह फिर किशन सिंह जिहड़ा सी ना अपना हेडमास्टर छांगला हिल उधरों आया सी इह पाकिस्तान तों ਇਹ ਫਿਰ ਇੱਥੇ ਆਇਆ ਸਾਡੇ ਪਿੰਡ ਮੈਂ ਨਾ ਸਾਰੀ ਤੁਹਾਨੂੰ ਡਿਟੇਲ ਪੁੱਛਾਂਗਾ ਸਕੂਲੀ ਲਾਈਫ ਪੁੱਛਾਂਗਾ ਸਭ ਤੋਂ ਪਹਿਲਾਂ ਉਹ ਪੁੱਛਦਾ ਕਿ ਤੁਹਾਡਾ ਜਨਮ ਕਿੱਥੇ ਹੋਇਆ ਜਨਮ ਹਾਂਜੀ ਜਨਮ ਮੇਰੇ ਇੱਥੇ ਹੀ ਹੋਇਆ ਇਸ ਪਿੰਡ 'ਚ ਕਿਹੜਾ ਪਿੰਡ ਹੈ ਇਹਦਾ ਨਾਂ ਕੀ ਪਿੰਡ ਦਾ ਕੱਲੂਵਾਲ ਇਹਦੀ ਤਹਿਸੀਲ ਹਾਂ ਇਹਦੀ ਤਹਿਸੀਲ ਤਹਿਸੀਲ ਕਿੰਪੀ ਤਹਿਸੀਲ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਠੀਕ ਹੈ ਜੀ ਹਾਂ ਤੇ ਇਸ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਇੱਧਰ ਮੰਡ ਪਦੇਰ ਹੈਗਾ ਹਾਂਜੀ ਇੱਧਰ ਪੱਸੀ ਕੰਢੀ ਹੈਗੀ ਹੈ ਜੀ ਪੱਸੀ ਕੰਢੀ ਹਾਂ ਪੱਸੀ ਕੰਢੀ ਹਾਂ ਆ ਛੋਟਾ ਜਿਹਾ ਐਵੇਂ ਕਸਬਾ ਜਿਹਾ ਹੈਗਾ ਹਾਂ ਇੱਧਰ ਫਿਰ ਪਿੰਡ ਧਿਆੜੇ ਹੈਗਾ ਰਾਦੇ ਚੱਕ ਵੀ ਹੈਗਾ ਇੱਧਰ ਬਨਿਆਲ ਆ ਪਿੰਡ ਅਤੇ ਇੱਧਰ ਚੰਡੀਦਾਸ ਹੈਗਾ ਚੰਡੀਦਾਸ ਤੋਂ ਪਰਲੇ ਪਾਸੇ ਇੱਥੇ ਦਸੂਆ ਵਗੈਰਾ ਆ ਜਾਂਦੇ ਚੱਕ ਮਹਿਰਾ ਵਗੈਰਾ मैनूं याद नहीं किन्ने भाई असीं दो ही हां हाँ एक मैं ते एक साढ़े जयंत सिंह ओ ओदी डेथ हो गई बड़ा सी ओ बड़ा सी हाँ अच्छा ओ मेरे नालों अठ दस साल बड़ा सी तुहाडे पिता जी किन्ने भाई ये दो सीगे ये दो हाँ मेर इको सी हाँ इको चाचा सी इको ही चाचा की नाम सी ओदा मेर सिंह मेर सिंह ए जेहड़ा पिंड कल्लोवाल है हाँ 1947 तो पहला मुसलमान थोड़े सके उधरले पासे एक पीरां बड़ी हैगी है
ਪੀਰਾਂ ਬੜੀ ਅੱਛਾ ਜੀ ਪੀਰਾਂ ਦੀ ਉਹ ਬੜ ਜਿਹੀ ਸੀਗੀ ਉਹਦੇ ਥੱਲੇ ਮੁਸਲਮਾਨ ਰਹਿੰਦੇ ਹੁੰਦੇ ਸੀ ਉਹ ਸਾਡੇ ਕੱਪੜੇ ਕੁਪੜੇ ਧੋਂਦੇ ਹੁੰਦੇ ਸੀਗੇ ਧੋਬੀ ਸਨ ਧੋਬੀ ਸੀਗੇ ਫਿਰ ਉਹ ਜਦੋਂ ਸੰਨ 47 'ਚ ਇਹ ਪਾਕਿਸਤਾਨ ਬਣਿਆ ਨਾ ਇਹ ਫਿਰ ਉੱਧਰ ਚੱਲ ਗਏ ਪਾਕਿਸਤਾਨ ਉਹਨਾਂ 'ਚੋਂ ਇੱਕ ਇੱਥੇ ਰਹਿ ਗਿਆ ਸੀਗਾ ਫਕੀਰ ਜਿਹੜਾ ਸੀਗਾ ਉਹਨਾਂ 'ਚੋਂ ਇੱਕ ਰਹਿ ਗਿਆ ਸੀਗਾ ਇਹ ਵੀ ਫਿਰ ਇਹਨਾਂ ਦੀ ਵੀ ਡੈਥ ਡੁੱਥ ਹੋ ਗਈ ਉਹਨਾਂ 'ਚੋਂ ਇੱਕ ਲੜਕੀ ਹੈ ਗਾਂ ਉਹਨਾਂ ਦੀ ਪੋਤੀ ਪਰ ਧੋਬੀ ਸੀ ਪਰਿਵਾਰ ਉਹ 'ਚੋਂ ਰਹਿ ਗਿਆ ਸੀ ਉਹ ਉਹਨਾਂ 'ਚੋਂ ਨਹੀਂ ਕੋਈ ਵੀ ਰਿਹਾ ਹੈ ਇੱਥੇ ਫਕੀਰਾਂ 'ਚੋਂ ਰਿਹਾ ਸੀਗਾ ਉਹਦਾ ਰੱਬੜ ਆਹੋ ਉਹ ਵੀ ਮਰ ਮੁਰ ਗਿਆ ਧੋਬੀ ਦਾ ਨਾਂ ਇੱਦਾਂ ਹੁਣ ਮੈਂ ਉਦੋਂ 11 ਸਾਲਾਂ ਦਾ ਸੀਗਾ ਫਿਰ ਉਹ ਆਪਣੇ ਤਫੈਲ ਵਗੈਰਾ ਹੁੰਦੇ ਸੀ ਇੱਕ ਹੋਰ ਇੱਕ ਦੋ ਹੋਰ ਹੁੰਦੇ ਸੀਗੇ ਅਤੇ ਫਿਰ ਜ਼ਿਆਦਾ ਮੈਂ ਇੰਟਰਸਟ ਲਿਆ ਨਹੀਂ ਫਿਰ ਉਹਨਾਂ 'ਚ ਹਾਂਜੀ ਬਾਕੀ ਇਹ ਇੱਥੇ ਆ ਜਿਹੜੇ ਪਿੰਡ ਹੈਗੇ ਮੁਸਲਮਾਨਾਂ ਦੇ ਇਹਨਾਂ ਦੇ ਵੀ ਮੁੰਡੇ ਸਾਡੇ ਨਾਲ ਪੜ੍ਹਦੇ ਹੁੰਦੇ ਸੀਗੇ ਆ ਮੋਰੀਆਂ ਵਗੈਰਾ ਇੱਥੇ ਮੁਸਲਮਾਨ ਸੀਗੇ ਉਹਨਾਂ ਦੇ ਨਾਂ ਇੱਕ ਮੁਹੰਮਦ ਅਜੀਜ਼ ਸੀਗਾ ਕਿਹੜੇ ਪਿੰਡ ਦਾ ਦੁਰਮਿਆਲ ਦਾ ਦੁਰਮਿਆਲ ਇੱਥੇ ਹੈਗਾ ਅਤੇ ਫਿਰ ਮੋਰੀਆਂ ਦੇ ਵੀ ਸੀਗੇ ਇੱਕ ਦੋ ਜਾਨਾ ਜੂਨਾ ਹੋਰ ਦੋ ਤਿੰਨ ਵੀ ਹੁਣ ਨਾਂ ਵੀ ਸਰ ਇਕੱਠੇ ਪੜ੍ਹ ਜਾਂਦੇ ਸਰ ਦਸੂਏ ਅਸੀਂ ਨਹੀਂ ਅਸੀਂ ਪੱਸੀ ਕੰਢੀ ਪੜ੍ਹਦੇ ਹੁੰਦੇ ਪੱਸੀ ਸਕੂਲ ਛੇਵੀਂ ਤੱਕ ਸੀਗਾ ਨਹੀਂ ਮੈਂ ਚੌਥੀ ਤੱਕ ਪੜ੍ਹਿਆ ਇੱਥੇ ਉਹ ਤੋਂ ਬਾਅਦ ਫਿਰ ਛੇਵੀਂ ਜਿਹੜੀ ਹੈ ਨਾ ਹਟ ਗਈ ਸੀ ਮਤਲਬ ਪਾਕਿਸਤਾਨ ਬਣ ਗਿਆ ਫਿਰ ਉਰਦੂ ਖਤਮ ਹੋ ਗਿਆ ਫਿਰ ਅਸੀਂ ਆਪਣਾ ਦਸੂਏ ਚੱਲ ਗਏ ਦਸੂਏ ਵੀ ਫਿਰ ਮੈਂ ਥੋੜ੍ਹੇ ਦੋ ਤਿੰਨ ਮਹੀਨੇ ਪੜ੍ਹਿਆ ਉਰੇ DAV ਸਕੂਲ ਫਿਰ ਮਾਸਟਰ ਕਿਸ਼ਨ ਸਿੰਘ ਆ ਗਿਆ ਉੱਥੇ ਇਹ ਫਿਰ ਸਾਡੇ ਪਿੰਡਾਂ ਨੂੰ ਕਹਿੰਦਾ ਵੀ ਸਿੱਖਾਂ ਦੇ ਬੱਚੇ ਉੱਧਰ ਆਉਣੇ ਚਾਹੀਦੇ ਅਸੀਂ ਫਿਰ ਉੱਥੇ ਲੱਗ ਪਏ ਖਾਲਸਾ ਸਕੂਲ ਛਾਂਗੜਾ ਹਿੱਲ ਖਾਲਸਾ ਜਿਹੜਾ ਉਹ ਇਸਲਾਮਿਕ ਸਕੂਲ ਸੀ ਹੈ ਜਿਹੜਾ ਇਸਲਾਮਿਕ ਸਕੂਲ ਸੀ ਬਣ ਤੋਂ ਪਹਿਲਾਂ ਹਾਂ ਇਸਲਾਮੀ ਸਕੂਲ ਇਸਲਾਮੀਆ ਸਕੂਲ ਸੀਗਾ ਉਹ ਛਾਂਗੜਾ ਹਿੱਲ ਖਾਲਸਾ ਸਕੂਲ ਬਣਿਆ ਇਸਲਾਮੀਆ ਸਕੂਲ ਸੀਗਾ ਪਹਿਲਾਂ ਮਿਰਜ਼ਾ ਹੈਡਮਾਸਟਰ ਹੁੰਦਾ ਸੀ ਮਿਰਜ਼ਾ ਮੁਸਲਮਾਨ ਉਹਦੀ ਕੋਠੀ ਪਰਲੇ ਪਾਸੇ ਬਣੀ ਉਹ ਅਜੇ ਵੀ ਹੈਗੀ ਆ ਉਹ ਸਕੂਲ ਤੋਂ ਪਰਲੇ ਪਾਸੇ ਕੋਠੀ ਆ ਉਹਦੀ ਅਜੇ ਵੀ ਹੈਗੀ ਆ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਹੈ ਉਹਦੇ ਨਾਲ ਹੈ ਕੋਠੀ ਉਹ ਆਹੋ ਪਰਲੇ ਪਾਸੇ ਆ ਓਪੋਜ਼ਿਟ ਸਾਈਡ ਤੇ ਡੂੰਘਾ ਜਿਹਾ ਸਾਂ ਓਪੋਜ਼ਿਟ ਸਾਈਡ ਤੇ ਆਹੋ ਓਪੋਜ਼ਿਟ ਸਾਈਡ ਤੇ ਉਹ ਫੇ ਕੋਠੀ ਅਜੇ ਹੈ ਵੈਸੇ ਉਹ ਅੱਛਾ ਜੀ ਹਾਂਜੀ ਅਰੇ ਵੀ ਹੈ ਆਹੋ ਕੋਠੀ ਐਵੇਂ ਛੋਟੀ ਜਿਹੀ ਸੀ ਜ਼ਿਆਦਾ ਵੱਡੀ ਨਹਿ ਨਹੀਂ ਸੀ ਉਸ ਟਾਈਮ 'ਤੇ ਕੋਠੀਆਂ ਫਿਰ ਤੁਸੀਂ ਆ ਗਏ ਮੈਂ ਫਿਰ ਇੱਥੇ ਛਾਂਗੜਾ ਹਿੱਲ ਖਾਲਸਾ ਹਾਈ ਸਕੂਲ ਦਸੂਏ 'ਚ ਪੜ੍ਹਨ ਲੱਗ ਪਏ ਪੜ੍ਹਨ ਅੱਛਾ ਉੱਥੇ ਪੜ੍ਹਨ ਲੱਗ ਪਏ ਉੱਥੇ ਪੜ੍ਹਨ ਲੱਗ ਪਏ ਉੱਥੇ 10ਵੀਂ ਤੱਕ ਉੱਥੇ ਪੜ੍ਹੇ ਫਿਰ ਠੀਕ ਹੈ ਜੀ ਕਿਸ਼ਨ ਸਿੰਘ ਸੀ ਹੈਡਮਾਸਟਰ ਹੈਡਮਾਸਟਰ ਕਿਸ਼ਨ ਸਿੰਘ ਸੀਗਾ ਠੀਕ ਹੈ ਜਿਹੜੇ ਕਿ ਛਾਂਗੜਾ ਹਿੱਲ ਛਾਂਗੜਾ ਹਿੱਲ ਹਾਈ ਸਕੂਲ ਦਸੂਆ ਹਾਂ ਠੀਕ ਇਹ ਛਾਂਗੜਾ ਹਿੱਲ ਉੱਧਰ ਪਾਕਿਸਤਾਨ 'ਚ ਸੀਗਾ ਸਾਨੂੰ ਮਾਸਟਰ ਗੁਰਦਿਆਲ ਵੀ ਪੜ੍ਹਾਉਂਦਾ ਸੀਗਾ ਗੁਰਦਿਆਲ ਸਿੰਘ ਚੰਗਾ ਪੜ੍ਹਿਆ ਲਿਖਿਆ ਸੀ ਅਤੇ ਬਚਿੱਤਰ ਸਿੰਘ ਸਾਡਾ ਸੈਕਿੰਡ ਮਾਸਟਰ ਹੁੰਦਾ ਸੀ ਝਿੰਗੜਾਂ ਦਾ ਅਤੇ ਹੋਰ ਵੀ ਸੀਗੇ ਇਕਬਾਲ ਸਿੰਘ ਸੀਗਾ ਪੰਨਵਾਂ ਦਾ ਇਕਬਾਲ ਸਿੰਘ ਬੜਾ ਖੂਬਸੂਰਤ ਸੀਗਾ ਇਹਦੇ ਫਿਰ ਸੱਟ ਲੱਗ ਗਈ ਸੀ ਥੋੜ੍ਹਾ ਲਗੜਾ ਹੋ ਗਿਆ ਸੀ ਅਤੇ ਹੋਰ ਇੱਕ ਦਰਸ਼ਨ ਸਿੰਘ ਪਰਸ਼ਨ ਸਿੰਘ ਇਹ ਵੀ ਸਾਨੂੰ ਪੜ੍ਹਾਉਂਦੇ ਸੀ ਇੱਕ ਮਾਸਟਰ ਮੂੜ ਸਿੰਘ ਹੁੰਦਾ ਸੀ ਉਹਨੂੰ ਜ਼ਮੀਨ ਇੱਥੇ ਮੋਰੀ ਪਈ ਸੀ ਪਹਿਲਾਂ ਮੋਰੀਆਂ ਹਾਂ ਹਿਸਾਬ ਪੜ੍ਹਾਉਂਦਾ ਹੁੰਦਾ ਸੀ ਬੜਾ ਰਿਲੈਕਸ ਸੀ ਬੰਦਾ ਫਿਰ ਉਹ ਪਤਾ ਨਹੀਂ ਕਿਤੇ ਚਲਾ ਗਿਆ ਇੱਧਰੋਂ ਜ਼ਮੀਨ ਉਹਨੇ ਕੈਂਸਲ ਕਰਾ ਦਿੱਤੀ ਹੋਰ ਕਿਸੇ ਪਿੰਡ ਚਲਾ ਗਿਆ ਸੀਗਾ ਉਹਦਾ ਨਹੀਂ ਫਿਰ ਮੈਨੂੰ ਪਤਾ ਲੱਗਾ ਅਤੇ ਹੋਰ ਵੀ ਸੀਗੇ ਮਾਸਟਰ ਗੁਰਦਿਆਲ ਬਹੁਤ ਲਾਇਕ ਸੀਗਾ ਇਕਬਾਲ ਸਿੰਘ ਵੀ ਲਾਇਕ ਸੀਗਾ ਅਤੇ ਦਰਸ਼ਨ ਸਿੰਘ ਪਰਸ਼ਨ ਇਹ ਸਾਰੇ ਬਚਿੱਤਰ ਸਿੰਘ ਹਰ ਸੈਕਿੰਡ ਮਾਸਟਰ ਸੀ ਬਹੁਤ ਲਾਇਕ ਸੀ ਬੜਾ ਜਵਾਨ ਮਾਸਟਰ ਸਨ ਹੈ ਸਾਰੇ ਸਰਦਾਰ ਸਨ ਸਰਦਾਰ ਸੀ ਸਾਰੇ ਹਾਂ ਸਾਰੇ ਸਰਦਾਰ ਸੀ ਇੱਕ ਗੇਂਦਾ ਮਾਸਟਰ ਸੀ ਉਹ ਡੀਏਵੀ ਸਕੂਲ ਸੀ ਗੇਂਦਾ ਰਾਮ ਉਰੇ ਸੀਗਾ ਡੀਏਵੀ ਸਕੂਲ ਨੇ ਅੱਛਾ ਇਹ ਡਰਾਇੰਗ ਮਾਸਟਰ ਸੀਗਾ ਪੜ੍ਹੇ ਹੋ ਤੁਸੀਂ ਹੈ ਉਹਨਾਂ ਕੋਈ ਪੜ੍ਹੇ ਹੋ
थोड़े दिन मैं पढ़िया सी उत्थे महीना दो महीने। चंगा मास्टर सी गिरधर राम? चंगा बंदा सी, अपना फिजिकल वर्क भी उहदा चंगा सीगा ते ड्राइंग मास्टर सीगा। मुंडे फुटबॉल लई बहुत चंडे सन उहदे, हां अपने हुंदे आ फुटबॉल वास्ते, फुटबॉल दी टीम भी तैयार कीती सी उहने। अच्छा हुण आउंदे आ पिंड वल। पिंड कल्लोवाल ਦੀ ਉਸ ਵਕਤ ਦੇ ਜਿਹੜੇ ਨੰਬਰਦਾਰ ਕੌਣ ਸਨ? ਨੰਬਰਦਾਰ ਇੱਕ ਤਾਂ ਇੱਥੇ ਸੰਤਾ ਸਿੰਘ ਸੀਗਾ, ਇੱਕ ਅਮਰ ਸਿੰਘ ਸੀਗਾ, ਦੋ ਨੰਬਰਦਾਰ ਸੀਗੇ ਸਾਡੇ ਪਿੰਡ। ਅੱਛਾ, ਉਹਨਾਂ ਦੀ ਡੈਥ ਹੋ ਗਈ ਉਹ ਕਾਫੀ। ਦੋ ਨੰਬਰਦਾਰ ਸਨ ਉਹ, ਦੋ ਸੀਗੇ। ਹੋਰ ਵੱਡਾ ਜ਼ਿਮੀਂਦਾਰ ਕਿਹੜਾ ਸੀ ਜਿਹਦੀ ਜ਼ਿਆਦਾ ਜ਼ਮੀਨ? ਵੱਡਾ ਜ਼ਿਮੀਂਦਾਰ ਉੱਧਰ ਸੀਗਾ ਜਸਵੰਤ ਸਿੰਘ, ਉਹ ਚਾਰ ਭਰਾ ਸੀਗੇ ਜਿਨ੍ਹਾਂ ਦੀ 50 ਕਮਾਨ ਜ਼ਮੀਨ ਸੀਗੀ, ਅਤੇ ਇੱਕ ਇਹਨਾਂ 'ਚੋਂ ਕੈਪਟਨ ਵੀ ਬਣ ਗਿਆ ਸੀ, ਕਰਨਲ ਬਣ ਗਿਆ ਸੀਗਾ, ਉਹਦੀ ਵੀ ਡੈਥ ਹੋ ਗਈ। 102 ਸਾਲ ਦਾ ਹੋ ਕੇ ਮਰਿਆ ਉਹ। ਅੱਛਾ ਜੀ। ਹਾਂਜੀ, ਅਤੇ ਸਭ ਤੋਂ ਵੱਡਾ ਜ਼ਿਮੀਂਦਾਰ ਕਾਬਲ ਸਿੰਘ ਸੀਗਾ, ਸਭ ਤੋਂ ਵੱਡੇ ਜ਼ਿਮੀਂਦਾਰ ਉਹ ਹੀ ਸੀਗੇ। ਇੱਕ ਲੰਬੜ ਸੀਗਾ, ਇਹਦੀ ਵੀ ਜ਼ਮੀਨ ਜ਼ਿਆਦਾ ਸੀ, 50 ਕਮਾਨ ਸੀਗੀ। ਇੱਕ ਲਛਮਣ ਸਿੰਘ ਸੀਗਾ, ਉਹਦੀ ਵੀ 50 ਕਮਾਨ ਜ਼ਮੀਨ ਸੀਗੀ, ਅਤੇ ਇਹਦਾ 3-4 ਆਦਮੀ ਜਿਹੜੇ ਨੇ ਵੱਡੇ ਜ਼ਿਮੀਂਦਾਰ ਸੀਗੇ। ਛੱਪੜ ਹੈ ਨੀ ਸੀ ਕੋਈ, ਛੱਪੜ ਡੰਗਰਾਂ ਵਾਸਤੇ ਸੀਗੇ। ਅੱਛਾ ਜੀ। ਇੱਥੇ ਸਾਡਾ ਨਾ ਇੱਕ ਬਹੁਤ ਵੱਡਾ ਬਰਾਂਡਾ ਜਿਹਾ ਬਣਿਆ ਸੀ, ਛੱਪੜ ਇੱਥੇ ਸੀਗਾ, ਇੱਕ ਉਹ ਇੰਨਾ ਕਾਮਯਾਬ ਹੈ ਨਹੀਂ ਸੀਗਾ। ਇੱਕ ਸੜਕ ਤਾਂ ਉਹ ਜਾਂਦੀ ਬਲੱਗਣਾ ਵਾਲੀ, ਅਤੇ ਇੱਕ ਇੱਥੋਂ ਚੰਡੀ ਵਾਇਆ ਚੰਡੀਦਾਸ ਜਾਂਦੀ ਆ, ਇਹ ਕੱਚੀਆਂ ਸੀਗੀਆਂ ਪਹਿਲੇ, ਕੱਚੀਆਂ ਸੜਕਾਂ ਸੀ ਉਦੋਂ, ਟਾਹਲੀਆਂ ਟੂਹਲੀਆਂ ਲੱਗੀਆਂ ਸੀ ਆਲੇ ਦੁਆਲੇ, ਅਤੇ ਸੀਗੀਆਂ ਕੱਚੀਆਂ। ਠੀਕ ਹੈ। ਅੱਛਾ, ਜਦੋਂ 1947 ਆਇਆ, ਜਦੋਂ 1947 ਆਇਆ ਵੰਡ ਹੋਈ ਦੇਸ਼ ਦੀ, ਉਦੋਂ ਕੀ ਹਾਲਾਤ ਸਨ ਪਿੰਡ ਦੇ ਅਤੇ ਆਲੇ ਦੁਆਲੇ ਪਿੰਡਾਂ? ਪਿੰਡਾਂ ਦੇ ਹਾਲਾਤ ਤਕਰੀਬਨ ਠੀਕ ਸੀਗੇ, ਅਤੇ ਦੁਸ਼ਮਣੀ ਤਾਂ ਉਦੋਂ ਹੀ ਪਈ ਜਦੋਂ ਇਹ ਸਾਡੇ ਪਿੰਡ ਦੇ ਨਾ ਕੁਛ ਬੰਦੇ, ਆ ਬਨਿਆਲ ਪਿੰਡ ਮੁਸਲਮਾਨਾਂ ਦਾ ਸੀ, ਹਾਂਜੀ, ਇੱਥੇ ਲੁੱਟ ਮਾਰ ਕਰਨ ਚੱਲ ਗਏ। ਆਹੋ, ਉਹ ਫਿਰ ਇਹ ਇਕੱਲੇ ਇਕੱਲੇ ਸੀਗੇ, ਉਹ ਮੁਸਲਮਾਨ ਥੋੜ੍ਹੇ ਜ਼ਿਆਦਾ ਸੀਗੇ, ਉਹ ਇਕੱਠੇ ਸੀਗੇ, ਡਾਕੂ ਵਗੈਰਾ ਵੀ ਸੀ, ਗੁੰਡੇ ਵੀ ਸੀਗੇ। ਅੱਛਾ ਜੀ। ਉਹਨਾਂ ਇਕੱਠੇ ਕੀਤੇ, ਉਹਨਾਂ ਨੇ ਫਿਰ ਉਹ ਬੰਦੇ ਫਿਰ 3-4 ਸਾਡੇ ਪਿੰਡ ਮਾਰ ਦਿੱਤੇ, ਬਨਿਆਲ ਵਾਲਿਆਂ ਨੇ ਮੁਸਲਮਾਨਾਂ ਨੇ। ਅੱਛਾ ਜੀ। ਕਿਉਂ ਇਕੱਠੇ ਹੋ ਕੇ ਨਸੀ ਗਏ? ਇਹ ਮੁੰਡੇ ਤਗੜੇ ਸੀ, ਉਦਾਂ ਇਹ ਵੀ, ਪਰ ਉਹ ਫਿਰ ਉਹਨਾਂ ਦਾ ਜ਼ੋਰ ਪੈ ਗਿਆ ਸਾਰਾ। ਉਹਨਾਂ ਕੋਲ ਬੰਦੂਕਾਂ ਹੋਣੀਆਂ ਨੇ? ਬੰਦੂਕਾਂ ਵੀ ਹੈ ਸੀ, ਬਰਛੇ ਸੀਗੇ, ਇਹਨਾਂ ਕੋਲ ਸਾਡੇ ਪਿੰਡ ਦਾ ਕੈਪਟਨ ਉਦੋਂ ਪੈਨਸ਼ਨ ਆਇਆ ਸੀਗਾ, ਜਗਦੀਸ਼ ਸਿੰਘ, ਉਹ ਪਰੇ ਕੋਠੀ ਬਾਰ ਬਾਰ ਪਈ ਹੋਇਆ। ਅੱਛਾ ਜੀ। ਉਹਦੇ ਕੋਲ ਬੰਦੂਕ ਸੀਗੀ, ਉਹ ਅਜੇ ਪੈਨਸ਼ਨ ਆਇਆ ਹੀ ਸੀਗਾ, ਅਤੇ ਉਹ ਫਿਰ ਇਹਨਾਂ ਨੇ ਕੀ ਕੀਤਾ, ਮੁਸਲਮਾਨ ਇੱਥੋਂ ਨਿਕਲਣਾ, ਇਹਨਾਂ ਨੇ ਫਿਰ ਇੱਧਰੋਂ ਅਰਗੋਵਾਲਾ, ਸਾਰੇ ਸਿੱਖਾਂ ਦੇ ਪਿੰਡ ਆ ਨਾ ਇੱਧਰ, ਇਕੱਠੇ ਹੋ ਕੇ ਜਥਾ ਬੁੱਧਾਂ ਦੇ, ਉਧਰੋਂ ਫਿਰ ਜਥੇ ਆਉਂਦੇ ਸੀਗੇ, ਅਤੇ ਉਹ ਜਥਿਆਂ ਨੇ ਫਿਰ ਬਾਹਰ ਕੱਢੇ ਇਹਨਾਂ ਨੂੰ, ਮੁਸਲਮਾਨਾਂ ਨੂੰ, ਬਨਿਆਲ 'ਤੇ ਹਮਲਾ ਕੀਤਾ। ਆਹੋ, ਹਮਲਾ ਵੀ ਬਰਛੇ ਲੈ ਕੇ, ਅਤੇ ਇਹ ਜਾਂਦੇ ਸੀ ਤਾਂ ਫਿਰ ਉਹਨਾਂ ਨੂੰ ਤਾਂ ਜਾਣਾ ਹੀ ਪੈਣਾ ਸੀ। ਯਾਨੀ ਕਿ ਪਹਿਲਾਂ ਛੇੜ ਜਿਹੜੀ ਇਹਨਾਂ ਪਿੰਡਾਂ ਵੱਲ ਛੇੜੀ ਗਈ? ਹਾਂ, ਇਹਨਾਂ ਵਿੱਚੋਂ ਜੋਗਿੰਦਰ ਸਿੰਘ ਸੀਗਾ ਲੰਬੜ ਦਾ, ਉਹਦਾ ਭਰਾ ਸੀਗਾ ਮੁੰਡਾ, ਇੱਕ ਚਮਾਰ ਸੀਗਾ ਮੇਲਾ ਰਾਮ, ਅਤੇ ਆਪਣਾ ਇੱਕ ਤਾਰਾ ਸੂ ਹੁੰਦਾ ਉਹਦੇ ਪਰਲੇ ਪਾਸੇ ਸੀਗਾ, ਉਹ ਮਾਰ ਦਿੱਤਾ। ਅੱਛਾ ਜੀ। ਅਤੇ ਇੱਦਾਂ 3-4 ਬੰਦੇ ਮਰੇ ਸੀਗੇ ਸਾਡੇ ਪਿੰਡ।
कदी मुसलमान इधर फड़ के लिया भी पिंड आई सी इतने लागे फिर ओने कदे अपने चिट्ठी चुट्ठी लिखी उधर अपने जिथे गए पाकिस्तान फिर इतो ला गया बड़ी सोहनी लड़की सी फिर ला गया बच्चा नहीं बच्चा नहीं सी थोड़े दिन ही रही सी उस टाइम बड़िया रख रही बुजुर्ग को बुजुर्ग कोई नहीं आई थोड़े एक दो मुसलमान रह गए फकीर जहा इ मुसलमान सिख नहीं बने एक मुसलमान है एक तो अपना बनया इंजीनियर होंगे नहीं बिजली वाले एक्सियन एक्सियन तो एक उपर हों ना की ना ओद हों एससी है एससी ਨਹੀਂ ਕੀ ਕਹਿੰਦੇ ਯਾਰ ਮੈਂ ਬਿਜਲੀ ਵਾਲਿਆਂ ਦਾ ਮਹਿਕਮਾ ਹੁੰਦਾ ਉਹ ਤਾਂ ਵੱਡਾ ਸਭ ਤੋਂ ਚੀਫ ਇੰਜੀਨੀਅਰ ਹੁੰਦਾ ਫਿਰ ਐਸਸੀ ਹੁੰਦਾ ਉਹ ਉਹਨੂੰ ਚੰਗੀ ਉਹ ਪੈਨਸ਼ਨ ਲੈਂਦਾ ਮੁਸਲਮਾਨ ਐਕਸ਼ਨ ਐਸਸੀ ਐਕਸ਼ਨ ਹਾਂ ਅੱਛਾ ਜੀ ਜੇਈ ਸੌਰੀ ਨਹੀਂ ਜੇਈ ਤੋਂ ਬਾਅਦ ਐਸਡੀ ਹੁੰਦਾ ਨਾ ਨਹੀਂ ਜੇਈ ਸੀਗਾ ਉਹ ਜੇਈ ਸੀ ਠੀਕ ਜੇਈ ਸੀਗਾ ਅੱਛਾ ਜੀ ਚੰਗੀ ਪੈਨਸ਼ਨ ਲੈਂਦਾ ਉਹ ਠੀਕ ਉਹਦੀ ਉਹ ਦਸੂਏ ਵੀ ਕੋਠੀ ਪਾਈ ਆ ਉਹਨੇ ਆਹੋ ਯਾਨੀ ਕਿ ਮੁਸਲਮਾਨ ਪਰਿਵਾਰ ਦਾ ਫਕੀਰ ਦਾ ਹਾਂ ਫਕੀਰਾਂ ਦਾ ਫਕੀਰਾਂ ਦਾ ਠੀਕ ਹੈ ਇੱਥੇ ਵੀ ਉਹਦਾ ਮਕਾਨ ਜਿਹਾ ਹੈਗਾ ਹੈ ਅੱਛਾ ਜਦੋਂ ਇਹ ਰੌਲਾ ਪੈ ਗਿਆ ਹਾਂ ਲੋਕ ਮੁਸਲਮਾਨ ਜਾਣ ਲੱਗ ਪਏ ਪਿੰਡ ਛੱਡ ਛੱਡ ਕੇ ਹਾਂ ਤੁਹਾਡੇ ਪਿੰਡ ਕੋਲੋਂ ਵੀ ਲੰਘਦੇ ਸਨ ਹਾਂ ਤੁਹਾਡੇ ਪਿੰਡ ਕੋਲੋਂ ਲੰਘਦੇ ਸਨ ਕਾਫਲੇ ਕਾਫਲੇ ਸਾਡੇ ਪਿੰਡ ਦੇ ਕਿਉਂਕਿ ਮੁਸਲਮਾਨ ਇੱਧਰ ਘੱਟ ਸੀਗੇ ਇਹਨਾਂ ਪਿੰਡਾਂ 'ਚ ਮੁਸਲਮਾਨ ਬਹੁਤ ਘੱਟ ਸੀਗੇ ਤੇ ਮੁਸਲਮਾਨ ਸੀਗੇ ਇੱਧਰ ਹੀ ਮਕੇਰੀਆਂ ਵਾਲ ਨੂੰ ਕਿਸ਼ੌਲੀਆਂ ਪਿੰਡ ਹੈਗਾ ਇਹ ਮੁਸਲਮਾਨਾਂ ਦਾ ਪਿੰਡ ਸੀਗਾ ਦੁਰਮੀ ਵਾਲ ਵੀ ਸੀਗਾ ਮੋਰੀਆਂ ਵੀ ਸੀਗਾ बनियाल उरले पासे एक कच्चा जिहा मकान सीगा बेरियां लगियां सी बेरां दियां बेचारा हाथ भी जोड़दा रहा पर इन्होंने बढ़ सटिया जो रौले पे बाद बड़े भाईचारा कदी कदी लड़ाई हो जाती सी जिदा कि पठे बढ़ ले जा कुछ इदा दा कोई चक्कर चुकर थोड़ा बहुत हो जाता हाँ जी बाकी अपना भाई बंदी अपने ब्याह शादियों च भी आते साढ़े पिंड भी आ जाते जिन्हों का मेल मिलाप से ना असी तो वो छोटे ही सी मुसलमाना की इतने एक दो बंदे से उन्होंने नाल से हलाल हलूल भी खा लेंगे आहो खा लेंगे आहो अच्छा जिन सांझ सी ते असी तो कभी खाधा नहीं उदा मैं श्रीनगर सेगा
श्रीनगर मैं डेढ़ साल रहा उ बकरे जेड़े ना बढ़ते सके मुसलमान सके अच्छा करते हलाल करते खाना पैंदा सी खाना ही पैंदा जो मिलिट्री जो साडा राशन आउंदा सी तो मीट भी नाल ही फिर आउंदा सी आपस पार्टी हुई ब्याह शादी हुई पानी का साधन की पिंड पानी का साधन पीने पीने के पानी का साधन उदो साडे पिंड च ना नलके सीगे हैंड पंप तीन चार सीगे आले दुआले जिहड़े वड्डे आदमी से उन्होंने लाया सीगे तो उत्थों फिर पानी पूनी का बंदोबस्त करते एक खूह सीगा परले पास गुरुद्वारे के लागे हुण भी हैगा उत्थों फिर डोल नाल पानी कढ्दे सीगे ते उह डोल नाल फिर पानी डंगरां नूं डाउणा उत्थे डंगर फिर होर कोई साधन है नहीं सीगा ਜਾਂ ਫਿਰ ਝਾੜੇ ਇੱਕ ਛੱਪੜ ਸੀਗਾ ਉੱਥੇ ਪਾਣੀ ਡਾ ਕੇ ਬਰਿਆਲ ਵੀ ਛੱਪੜ ਖੂਹ ਸਾਂਝਾ ਸੀ ਮੁਸਲਮਾਨਾਂ ਤੇ ਸਿੱਖਾਂ ਦਾ ਖੂਹ ਸੀ ਹੈਂ ਖੂਹ ਕੋਈ ਸੀ ਪਿੰਡ 'ਚ ਮੁਸਲਮਾਨ ਵੀ ਉੱਥੇ ਭਰਦੇ ਸਨ ਪਾਣੀ ਤੁਸੀਂ ਵੀ ਹਾਂ ਸਾਂਝਾ ਸੀ ਹਾਂ ਤੇ ਉਦੋਂ ਆਪਣਾ ਇੰਨਾ ਕੋਈ ਦੁਸ਼ਮਣੀ ਵਾਲਾ ਕੰਮ ਹੈ ਨਹੀਂ ਸੀਗਾ ਉਦੋਂ ਕਿਸੇ ਦੇ ਪੱਠੇ ਵੱਢ ਲਏ ਜਾਂ ਹੋਰ ਕੁਛ ਕਰ ਲਿਆ ਮਾੜੀ ਮੋਟੀ ਲੜਾਈ ਹੋ ਜਾਂਦੀ ਸੀ ਸਾਡੇ ਹੁਣ ਆਪਣੇ ਜੱਟਾਂ ਤੋਂ ਬਾਅਦ ਤਕਰੀਬਨ ਜੱਟ ਹੀ ਹੈ ਆਪਣਾ ਜ਼ਿਆਦਾਤਰ ਉਦੋਂ ਵੀ ਜੱਟ ਹੀ ਸੀਗੇ ਸਾਰੇ ਜੱਟ ਹੀ ਸਨ ਹਾਂ ਜੱਟ ਹੀ ਝੂਰਾਂ ਦੇ ਘਰ ਨਹੀਂ ਸਨ ਚੀਰ ਸੀਗੇ ਹਾਂ ਚੀਰ ਸੀਗੇ ਚੀਰ ਹੈ ਚੀਰ ਸੀਗੇ ਫਿਰ ਉਹ ਚੀਰ ਸੀਗੇ ਦੋ ਤਿੰਨ ਪਰ ਉਹ ਵੀ ਫਿਰ ਉਹਨਾਂ ਦੇ ਵੀ ਬੰਦੇ ਬੰਦੇ ਮਰ ਮੁਰ ਗਏ ਉਹ ਤੋਂ ਬਾਅਦ ਫਿਰ ਉਹ ਉਹਨਾਂ ਦੀ ਕੋਈ ਔਲਾਦ ਹੈ ਹੀ ਨਹੀਂ ਸੀ ਇੱਥੇ ਚੀਰ ਸੀਗੇ ਦੋ ਤਿੰਨ ਘਰ ਸੀਗੇ ਇੱਥੇ ਸਾਡੇ ਪਿੰਡ ਅੱਛਾ ਤੁਹਾਡੇ ਪਿੰਡ ਲੁਹਾਰਾਂ ਦੇ ਵੀ ਘਰ ਸੀਗੇ ਹਾਂ ਕੀ ਨਾਂ ਸੀ ਲੁਹਾਰ ਦਾ ਹੈਂ ਕੀ ਨਾਂ ਸੀ ਲੁਹਾਰ ਦਾ ਲੁਹਾਰ ਦਾ ਨਾਂ ਇੱਕ ਆਪਣਾ ਯਾਰ ਈਸ਼ਰ ਸਿੰਘ ਹੁੰਦਾ ਸੀ ਇੱਕ ਠਾਕਰ ਸਿੰਘ ਹੁੰਦਾ ਸੀ ਇੱਕ ਮੇਹਰ ਸਿੰਘ ਹੁੰਦਾ ਸੀ ਠੀਕ ਇਹਦਾ ਚਾਰ ਭਰਾ ਸੀਗੇ ਉਹ ਫਿਰ ਬਕੇਰੀਆਂ ਵਾਲੇ ਨੂੰ ਚੱਲ ਗਏ ਉਹਨਾਂ ਦੀ ਜ਼ਮੀਨ ਸੀ ਉੱਥੇ 47 ਤੋਂ ਬਾਅਦ ਹਾਂ ਪਹਿਲਾਂ ਦੀ ਖਰੀਦੀ ਸੀ ਲੈਂਦੇ ਸਨ ਉਦੋਂ ਹਾਂ ਸੇਪੀ ਲੈਂਦੇ ਸਨ ਹਾਂ ਸੇਪੀ ਕਰਦੇ ਸੇਪੀ ਚੱਲਦੀ ਸੀ ਸੇਪੀ ਕਰਦੇ ਹੁੰਦੇ ਸੀ ਤੇ ਇੱਥੇ ਜਿਹੜੀ ਇਹਨਾਂ ਤੁਹਾਡਾ ਹੈ ਬਰਾਨੀ ਇਲਾਕਾ ਸਾਰਾ ਹਾਂ ਇਹ ਬਰਾਨੀ ਸੀਗਾ ਉਦੋਂ ਕੋਈ ਨਹਿਰ ਨਹੀਂ ਕੁਛ ਨਹੀਂ ਸੀ ਖੂਹ ਨਹੀਂ ਸੀ ਇੱਥੇ ਕੁਛ ਨਹੀਂ ਸੀ ਮੀਂਹ ਪੈ ਗਿਆ ਤਾਂ ਫਸਲਾਂ ਹੋ ਜਾਂਦੀਆਂ ਮੀਂਹ ਦੇ ਉੱਤੇ ਫਸਲ ਸੀ ਡਿਪੈਂਡ ਕਿਹੜੀ ਫਸਲ ਹੋ ਜਾਂਦੀ ਸੀ ਉਦੋਂ ਹੈ ਕਿਹੜੀ ਕਿਹੜੀ ਫਸਲ ਹੋ ਜਾਂਦੀ ਫਸਲ ਉਦੋਂ ਕਣਕ ਹੁੰਦੀ ਸੀ ਹਾਂਜੀ ਤਾਂ ਮੱਕੀ ਹੁੰਦੀ ਸੀ ਅੱਛਾ ਤੇ ਅਮੀ ਥੋੜੀ ਕਣਕ ਹੋਣੀ ਬਰਾਨੀ ਤੁਹਾਨੂੰ ਪਤਾ ਹੀ ਆ ਤੇ ਮੱਕੀ ਕਾਫੀ ਹੋ ਜਾਂਦੀ ਸੀ ਅੱਛਾ ਜੀ ਤੇ 6 ਕੁ ਮਹੀਨੇ ਮੱਕੀ ਖਾਂਦੇ ਰਹਿੰਦੇ ਸੀ ਅਸੀਂ ਤੇ 6 ਕੁ ਮਹੀਨੇ ਕਣਕ ਮੱਕੀ ਚੋਖੀ ਹੋਈ ਨਹੀਂ ਸੀ ਹੈ ਮੱਕੀ ਚੋਖੀ ਹੋਈ ਨਹੀਂ ਸੀ ਉਦੋਂ ਮੱਕੀ ਕਾਫੀ ਹੋ ਜਾਂਦੀ ਸੀ ਯਾਨੀ 6 ਮਹੀਨੇ ਦੀ ਮੱਕੀ ਹੋ ਜਾਂਦੀ ਸੀ ਆਰਾਮ ਨਾਲ ਹੁਣ ਤੇ ਮੱਕੀ ਬੀਜਦਾ ਹੀ ਨਹੀਂ ਹੁਣ ਕੋਈ ਨਹੀਂ ਬੀਜਦਾ ਹੁਣ ਕਿਉਂ ਬੀਜਦੇ ਲੋਕ ਉਹ ਜਿਹੜਾ ਕਮਾਦ ਆ ਨਾ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਹਾਂਜੀ ਹਾਂਜੀ ਇਹ ਸਾਡੇ ਖੇਤ ਆ ਠੀਕ ਹੈ ਇੱਥੇ ਮੈਂ ਇੱਕ ਦਫਾ ਮੱਕੀ ਲਾਈ ਬੜੀ ਤਕੜੀ ਮੱਕੀ ਹੋਈ ਐਡਾਡੀ ਛੱਲੀ ਦੇਸੀ ਮੱਕੀ ਸੀ ਉਦੋਂ ਫਿਰ ਸਾਡੇ ਘਰ ਆ ਮੈਂ ਤਾਂ ਫੌਜ 'ਚ ਸੀਗਾ ਇੱਥੇ ਫਿਰ ਗੁੱਡੀ ਗਾਡੀ ਤਾਂ ਦੋ ਖਲਵਾੜੇ ਲੱਗੇ ਬੜ ਬੜੇ ਉਹ ਫਿਰ ਮੈਂ ਮੇਰੇ 'ਚ ਜ਼ੋਰ ਸੀਗਾ ਉਦੋਂ ਮੈਂ ਜਵਾਨ ਸੀਗਾ ਮੈਂ ਛੁੱਟੀ ਆਇਆ ਸੀ ਫਿਰ ਛੁੱਟੀ ਆ ਕੇ ਸਾਡੇ ਘਰ ਵਾਲੀ ਨੇ ਮੈਨੂੰ ਭਰੀਆਂ ਚੁਕਾਈ ਜਾਣੀਆਂ ਅਤੇ ਮੈਂ ਫਿਰ ਲਾਈ ਜਾਣੇ ਖਲਵਾੜੇ ਉਦੋਂ ਸਾਡੇ ਜਵਾਨ ਬਹੁਤ ਹੋਈ ਸੀ ਉਹ ਫਿਰ ਇੱਥੇ ਇੱਕ ਸ਼ਿੰਗਾਰਾ ਹੁੰਦਾ ਸੀ ਹੱਟੀ ਵਾਲਾ ਘੁਮਾਰ ਤੁਹਾਡੇ ਦਸੂਏ ਦਾ ਸੀ ਉਹਨੂੰ ਫਿਰ ਅਸੀਂ ਦੇ ਦਿੱਤੀ ਫਿਰ ਆਹੋ ਸ਼ਿੰਗਾਰੇ ਦੇ ਮੁੰਡਿਆਂ ਦੀ ਦੁਕਾਨਾਂ ਵੀ ਹੈਗੀਆਂ 85 ਦੋ ਤੁਹਾਡੇ ਪਿੰਡ ਦੁਕਾਨ ਆਇਆ ਸੀ ਉਦੋਂ ਕੋਈ ਹਾਂ ਸੌਦਾ ਪਤਾ ਲੈਣ ਕਿੱਥੇ ਜਾਂਦੇ ਸਨ ਲੋਕ ਸੌਦਾ ਸ਼ਹਿਰੋਂ ਦਸੂਏ ਦਸੂਏ ਹਾਂ ਦਸੂਏ
इमली चौक देखा इमली चौक इधर दुकान से जिथे कंठू की दुकान है ना घड़िया आले दी पता कंठू दुकान है घड़िया आला ਉਹਦੇ ਨਾਲ ਹੀ ਐ ਆਪੋਜ਼ਿਟ ਸਾਈਡ ਤੇ ਸੀ ਠੀਕ ਹੂੰ ਠੀਕ ਹੋ ਗਿਆ ਹਾਂ ਅੱਛਾ ਕੀ ਦੱਸਿਆ ਜੀ ਆਪਣੇ ਜਮਾਤੀ ਦਾ ਦੱਸੇ ਕਿਹੜੇ ਕਿਹੜੇ ਜਮਾਤੀ ਹੁੰਦੇ ਸਨ ਸਕੂਲ ਦੇ ਤੁਹਾਡੇ ਜਮਾਤੀ ਇੱਕ ਮੁਹੰਮਦ ਅਜੀਜ਼ ਹੁੰਦਾ ਸੀਗਾ ਆਪਣਾ ਦੁਨੀਵਾਲ ਦਾ ਆ ਦੁਨੀਵਾਲ ਦਾ ਕਿਸੇ ਦੀ ਕੋਈ ਚਿੱਠੀ ਆਈ ਮੁੜ ਕੇ ਹਾਂ ਤਾਂ ਚਿੱਠੀ ਆਈ ਕਰੀ ਨਾ ਨਾ ਚਿੱਠੀ ਚਿੱਠੀ ਨਹੀਂ ਆਈ ਉਹਦੇ ਫਿਰ ਬਾਅਦ ਵੀ ਕੋਈ ਲਿੰਕ ਹੀ ਨਹੀਂ ਰਿਹਾ ਉਹਨਾਂ ਦਾ ਸਾਡਾ ਪਾਕਿਸਤਾਨ ਅਸੀਂ ਗਏ ਨਹੀਂ ਕਦੀ ਉਦਾਂ ਅਸੀਂ ਇੱਧਰ ਜੰਮੂ ਵੱਲ ਘੁੰਮਦੇ ਰਹੇ ਹਾਂ ਪਰ ਜੇ ਕ੍ਰੋਸ ਕਰ ਜਾਂਦੇ ਇੱਕ ਦਿਨ ਤਾਂ ਨਾ ਅਸੀਂ ਮੈਂ ਤੁਹਾਨੂੰ ਦੱਸਾਂ ਕੁਛ ਪਿੰਡ ਸਾਡੇ ਨਾ ਉਜ ਦਰਿਆ ਦੇਖਿਆ ਉਜ ਦਰਿਆ ਉਜ ਦਰਿਆ ਹਾਂਜੀ ਉਜ ਦਰਿਆ ਇੱਥੇ ਗੁਰਦਾਸਪੁਰ ਨਰੋਟ ਜੈਮਲ ਸਿੰਘ ਦੇ ਇੱਧਰ ਨੂੰ ਹਾਂ ਉੱਥੋਂ ਅਸੀਂ ਮੈਂ ਤਾਂ ਇੱਕ ਰਜਪਾਲ ਮਾਨ ਦਾ ਸੀਗਾ ਦੋਨੋਂ ਅਸੀਂ ਜਾਂਦੇ ਉੱਥੇ ਮੋਟਰਸਾਈਕਲ ਸੀਗਾ ਸਾਡੇ ਕੋਲ ਮਿਲਟਰੀ ਦਾ ਕਿੰਨੇ ਜੇ ਸਾਹਿਬ ਨੇ ਸਾਨੂੰ ਸਵੇਰੇ ਹੀ ਭੇਜ ਦੇਣਾ ਕਿ ਜਾਓ ਸਾਹਿਬ ਬ੍ਰੇਕਫਾਸਟ ਕਰਕੇ ਨਾ ਬਸ ਸਾਡਾ ਦੂਰ ਸੀਗਾ ਉੱਥੋਂ ਅਸੀਂ ਬ੍ਰੇਕਫਾਸਟ ਕਰਨਾ ਅਤੇ ਤੁਰ ਪੈਣਾ ਇੱਧਰ ਨੂੰ ਰੋਡ ਜਮਨ ਸਿੰਘ ਵੱਲ ਅਤੇ ਉੱਥੇ ਵੀ ਸਾਡੇ ਕੋਈ ਵਾਕਫੀ ਬਣੇ ਸੀਗੇ ਅਤੇ ਉਹ ਹਿੰਦੂ ਹੀ ਸੀਗੇ ਅਤੇ ਉਹਨਾਂ ਨਾਲ ਸਾਡੀ ਦੋਸਤੀ ਦੋਸਤੀ ਸਾਨੂੰ ਕਰਨੀ ਪੈਂਦੀ ਸੀ ਕਿਉਂ ਖਬਰਾਂ ਵੀ ਲੈਣੀਆਂ ਸੀ ਪਾਕਿਸਤਾਨ ਇੱਕ ਦਿਨ ਤਾਂ ਅਸੀਂ ਉਜ ਦਰਿਆ ਦੇ ਪਰਲੇ ਪਾਸੇ ਵੀ ਸਾਡੇ ਪੰਜ ਛੇ ਦਸ ਕੁ ਪਿੰਡ ਹੈਗੇ ਆ ਅਸੀਂ ਫਿਰ ਮੋਟਰਸਾਈਕਲ ਉੱਥੇ ਲੈ ਕੇ ਪਾਰ ਕਰ ਉਜ ਦਰਿਆ ਨੂੰ ਪਾਰ ਕੀਤਾ ਫਿਰ ਸਾਨੂੰ ਡਰ ਹੀ ਰਿਹਾ ਸਾਨੂੰ ਕੋਈ ਫੜ ਨਾ ਲਵੇ ਪਾਕਿਸਤਾਨੀ ਅਸੀਂ ਫਿਰ ਉਹ ਮੁੜਿਆ ਉੱਥੋਂ ਥੋੜ੍ਹੀ ਦੇਰ ਟਹਿਰ ਟੂਰ ਕੇ ਆਪਣਾ ਅਤੇ ਆ ਕੇ ਫਿਰ ਤੁਹਾਨੂੰ ਪਤਾ ਹੀ ਆ ਵੀ ਮੋਟਰਸਾਈਕਲ ਵੀ ਸਾਲੇ ਫਿਰ ਉਹ ਰਸਤੇ ਵੀ ਕੱਚੇ ਹੀ ਸੀ ਉਦੋਂ ਸਾਲੇ ਇਹ ਜਮੀਨ ਜਿਹੜੀ ਹੈ ਨਾ ਉਹ ਪਾਣੀ ਲੱਗਦਾ ਸਾਡਾ ਇੱਥੇ ਮੋਟਰ ਲੱਗੀ ਆ ਉਧਰ ਵੀ ਸਾਡੀ ਮੋਟਰ ਹੈਗੀ ਆ ਇੱਕ ਪਰ ਉਹ ਜਨਰੇਟਰ ਨਾਲ ਚੱਲਦੀ ਆ ਠੀਕ ਹੈ ਹਾਂ ਉੱਥੇ ਵੀ ਮੇਰਾ ਇਰਾਦਾ ਵੀ ਦਰਖਤ ਲਵਾ ਦੇਣਾ ਸਰ ਇੱਧਰ ਦਰਖਤ ਲਵਾ ਦਿੱਤੇ ਦਰਖਤਾਂ ਦਾ ਹੁਣ ਬਹੁਤ ਰੁਝਾਨ ਚੱਲ ਪਿਆ ਬਹੁਤ ਜ਼ਿਆਦਾ ਉਦੋਂ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ ਰਾਹ ਕਿਹੜਾ ਜਾਂਦਾ ਸੀ ਦਸੂਏ ਨੂੰ ਦਸੂਏ ਨੂੰ ਰਾਹ ਇੱਕ ਚੱਕ ਮਹਿਰਾ ਦੇਖਿਆ ਚੰਡੀਗੜ੍ਹ ਦੇਖਿਆ ਚੱਕ ਮਹਿਰਾ ਅਤੇ ਅੱਗੇ ਫਿਰ ਉਹ ਥੜੇ ਆ ਜਾਂਦੇ ਆ ਥੜਿਆਂ ਤੋਂ ਅੱਗੇ ਦਸੂਆ ਆ ਜਾਂਦਾ ਇਸ ਰਸਤੇ ਜਾਂਦੇ ਹੁੰਦੇ ਸੀ ਹਾਂ ਨਹੀਂ ਅਸੀਂ ਫਿਰ ਬਾਇਆ ਜਲੋਟੇ ਜਾਂਦੇ ਸੀ ਜਲੋਟੇ ਵੀ ਜਾਂਦੇ ਇੱਕ ਪਰੇ ਰਾਹ ਸੀਗਾ ਬਲੱਗਣਾ ਵਾਲੀ ਜਿਹੜੀ ਸੜਕ ਹੈ ਉੱਧਰ ਦੀ ਵੀ ਜਾਂਦੇ ਸੀਗੇ ਅਤੇ ਉਦੋਂ ਫਿਰ ਪੈਦਲ ਹੀ ਜਾਂਦੇ ਹੁੰਦੇ ਸੀ ਗੱਡੀਆਂ ਦੇ ਮੋਟਰਾਂ ਸਾਈਕਲ ਵੀ ਨਾ ਜਦੋਂ ਬਰਸਾਤ ਆਉਂਦੀ ਸੀ ਅਤੇ ਉਹ ਟੋਏ ਬਣ ਜਾਂਦੇ ਸੀ ਰਾਹ ਰੇਤਾ ਪੈ ਪੈ ਕੇ ਬਰਸਾਤਾਂ ਵੀ ਬਹੁਤ ਹੁੰਦੀਆਂ ਸੀ ਉਦੋਂ ਜਦੋਂ ਰੌਲੇ ਪਏ 1947 ਦੇ ਇੱਕ ਤਾਂ ਦਨਿਆਲ ਹਮਲਾ ਕੀਤਾ ਨਿਆਣੀ ਗਏ ਤੁਹਾਡੇ ਬੰਦੇ ਪਿੰਡ ਦੇ ਨਿਆਣੀ ਦਾ ਤਾਂ ਮੈਨੂੰ ਇਹਨਾਂ ਜੇਕਰ ਪਤਾ ਨਹੀਂ ਹੈਗਾ ਉੱਧਰ ਵੀ ਕੁਛ ਹੋਇਆ ਹੋਊਗਾ ਉਦੋਂ ਅਸੀਂ 500 ਮਾਰੇ ਗਏ ਹਾਂ 500 ਬੰਦੇ ਮਾਰੇ ਗਏ ਜਿਹੜਾ ਹਮਲਾ ਕਰਨ ਗਿਆ ਸੀ ਨਿਆਣੀ 'ਤੇ ਆਹਾ ਹੋ ਸਕਦਾ ਹੈ ਅਤੇ ਬੇਰਚੇ ਵੀ ਗਏ ਹੋਣੇ ਨੇ ਬੇਰਚੇ ਵੀ ਉੱਧਰ ਨਹੀਂ ਉੱਧਰ ਐਡੀ ਦੂਰ ਮੁਸਲਮਾਨ ਨਹੀਂ ਗਏ ਨਹੀਂ ਤੁਹਾਡੇ ਪਿੰਡ ਦੇ ਹਮਲਾ ਕਰਨ ਸਾਡੇ ਪਿੰਡ ਦੇ ਤਾਂ ਇੱਧਰ ਨੂੰ ਗਏ ਸੀਗੇ ਪੰਜਾਬ ਇੱਧਰ ਨੂੰ ਮੁਸਲਮਾਨਾਂ ਨੂੰ ਬਾਹਰ ਕੱਢਣਾ ਸੀਗਾ ਆਪਣਾ ਜਸੇਦਾਰ ਬਹੁਤ ਹਾਂ ਬਹੁਤ ਤਕੜਾ ਆਦਮੀ ਸੀਗਾ ਉਹ ਫਿਰ ਜਸੇ ਲੈ ਕੇ ਜਾਂਦੇ ਸੀ ਨਾਲ ਇੱਕ ਦੋ ਰਾਈਫਲਾਂ ਹੁੰਦੀਆਂ ਸੀ
ਉਹ ਜਥੇ ਲੈ ਕੇ ਜਿਹੜਾ ਸੀ ਨਾ ਗੰਗਾ ਸਿੰਘ ਉਹ ਜਥੇ ਲੈ ਕੇ ਮਸਤੀ ਵਾਲ ਵੀ ਗਿਆ ਹਾਂ ਬੀਰਸ਼ੇ ਵੀ ਹਮਲਾ ਹੋਇਆ ਮਿਆਣੀ ਵੀ ਆਹੋ ਉਹ ਗੰਗਾ ਸਾਡੇ ਪਿੰਡ ਵਾਲੇ ਨਹੀਂ ਗਏ ਸਵਾਲ ਬਣਿਆਲ ਤੋਂ ਸਾਡੇ ਪਿੰਡ ਵੀ ਜਾਂਦੇ ਰਹੇ ਵੈਸੇ ਜਿਹੜੇ ਖਾਸ ਖਾਸ ਮਸਤੀ ਵਾਲ ਹੋਇਆ ਨਾ ਹਾਂ ਮਸਤੀ ਵਾਲ ਆ ਮਸਤੀ ਵਾਲ ਵੀ ਸੀਗਾ ਇੱਥੇ ਕਾ ਮਸਤੀ ਵਾਲ ਵੀ ਗਿਆ ਠੀਕ ਹੈ ਹਾਂ ਸੋ ਤੁਹਾਡੇ ਪਿੰਡ ਦਾ ਕਿਹੜਾ ਮੋਰੀ ਸੀ ਨਾ ਜਥਿਆਂ ਦਾ ਸਾਡੇ ਪਿੰਡ ਚੋਂ ਮੋਰੀ ਹੈ ਨਹੀਂ ਸੀ ਕੋਈ ਵੀ ਪਰ ਉਹ ਨਾਲ ਉਹਨਾਂ ਦੇ ਤੁਰ ਪੈਂਦੇ ਸੀ ਸਾਡੇ ਪਿੰਡ ਉਹ ਕੈਪਟਨ ਸੀਗਾ ਉਹ ਜਿਹੜਾ ਪੈਨਸ਼ਨ ਆਇਆ ਸੀ ਨਾ ਜਗਦੀਸ਼ ਸਿੰਘ ਉਹ ਸੀਗਾ ਉਹਦੇ ਕੋਲ ਰਾਈਫਲ ਸੀਗੀ ਉਹਦੀ ਰਾਈਫਲਾਂ ਵੀ ਕਿਸੇ ਕਿਸੇ ਕੋਲ ਹੀ ਸੀਗੀਆਂ ਬਾਕੀ ਤਾਂ ਖਾਲੀ ਹੱਥ ਹੀ ਸੀਗੇ ਸਰ ਬਰਛੇ ਬੁਰਛੇ ਸੀਗੇ ਅੱਛਾ ਕੁਝ ਜਾਂਦੇ ਸੀ ਲੁੱਟਣ ਜਿਹੜੇ ਬੰਦੇ ਉਹ ਤਕੜੇ ਸੀਗੇ ਨਾ ਕਿਸੇ ਨੇ ਉਹ ਗੰਨੇ ਪੀਣ ਵਾਲਾ ਬੇਲਣਾ ਚੱਕ ਲਿਆਂਦਾ ਕਿਸੇ ਨੇ ਟਰੰਕ ਲੈ ਆਂਦੇ ਹੋਰ ਚੀਜ਼ਾਂ ਲੈ ਆਂਦੀਆਂ ਉੱਤੋਂ ਵੀ ਸਮਾਨ ਤੋਂ ਸਾਰਾ ਛੱਡ ਗਿਆ ਸੀਗਾ ਤੇ ਉਹ ਫਿਰ ਚੱਕਣਾ ਸੀ ਲੋਕਾਂ ਨੇ ਬਹੁਤ ਮਾੜਾ ਵਕਤ ਸੀ ਬਹੁਤ ਉਹ ਜਵਾਰਾਂ ਬੜੀਆਂ ਸੀ ਉਦੋਂ ਮੱਕੀ ਜਿਹਨੂੰ ਕਹਿੰਦੇ ਆ ਮੱਕੀ ਦੀ ਫਸਲ ਇਹਦੇ ਬਣਿਆਲ 'ਚ ਬਹੁਤ ਹੁੰਦੀ ਸੀ ਮੱਕੀਆਂ ਦੇ ਇੱਥੇ ਵੱਢ ਕੇ ਨਾ ਉਹਨਾਂ ਨੇ ਲੈ ਆਉਣੇ ਗੱਡੇ ਗੱਡਿਆਂ 'ਚ ਲਿਆਉਂਦੇ ਸੀ ਲੋਕ ਇੱਥੇ ਕਿ ਸਾਡੇ ਨਾ ਫਿਰ ਉਹ ਪੁਲਿਸ ਦੀ ਚੌਕੀ ਸੀਗੀ ਉਹ ਫਿਰ ਗੱਡਿਆਂ ਨੂੰ ਰੋਕ ਕੇ ਉਹ ਥਾਣੇ ਦਾ ਬੜਾ ਸਖਤ ਸੀਗਾ ਉਹਦੇ ਫਿਰ ਬੜੀ ਬੇਇੱਜ਼ਤੀ ਕਰਨੀ ਉਹਨਾਂ ਦੀ ਗੱਡਿਆਂ ਦੇ ਫਿਰ ਲੋਕ ਡਰਦੇ ਜਾਣ ਨਾ ਉੱਧਰ ਨੂੰ ਕਿੱਥੇ ਲੁੱਟ ਕੇ ਲਿਆਉਂਦੇ ਆ ਇੱਦਾਂ ਦੀ ਗੱਲ ਸੀ ਆਪਣੀ ਸੰਭਾਲ 'ਚ ਕੋਈ ਲਾਸ਼ਾਂ ਵੀ ਦੇਖੀਆਂ ਹੈ ਮਰੇ ਲੋ ਬੰਦੇ ਦੇਖੇ ਲਾਸ਼ਾਂ ਦੇਖੀਆਂ ਲਾਸ਼ਾਂ ਤਾਂ ਅਸੀਂ ਨਹੀਂ ਦੇਖੀਆਂ ਪਰ ਉਹ ਬੰਦੇ ਜਿਹੜੇ ਜ਼ਖਮੀ ਜ਼ਖਮੀ ਹੋਏ ਸੀ ਨਾ ਸਾਡੇ ਬੰਦੇ ਉਹ ਦੇਖੇ ਸੀ ਜਿਹੜੇ ਆਏ ਉੱਥੋਂ ਆ ਜਿਹੜੇ ਬਾਕੀ ਮਰੇ ਜਿਹੜੇ ਬੰਦੇ ਸੀ ਉਹ ਤਾਂ ਫਿਰ ਉੱਥੇ ਹੀ ਪਤਾ ਨਹੀਂ ਕੀ ਕੀਤਾ ਉੱਥੇ ਚਾਰ ਮਰ ਗਏ ਉੱਥੇ ਹਾਂ ਚਾਰ ਪੰਜ ਮਰ ਗਏ ਜੀ ਸਾਡੇ ਪਿੰਡ ਅਤੇ ਹੈ ਤਾਂ ਵੀ ਉਹ ਕੋਈ ਮੌਕਾ ਹੀ ਇਹੋ ਜਿਹਾ ਸੀਗਾ ਉਹ ਉਸ ਸਮੇਂ ਰਹਿਣ ਸਹਿਣ ਕਿਸ ਤਰ੍ਹਾਂ ਦੇ ਲੋਕਾਂ ਦਾ ਜਦੋਂ ਵਿਆਹ ਲੋਕਾਂ ਲੋਕਾਂ ਦਾ ਰਹਿਣ ਸਹਿਣ ਦੇਖੋ ਮੈਂ ਤੁਹਾਨੂੰ ਦੱਸਾਂ ਵੀ ਮੈਂ ਜਦੋਂ ਭਰਤੀ ਹੋਇਆ ਨਾ ਸਾਡੇ ਕੋਈ ਸਾਈਕਲ ਵੀ ਨਹੀਂ ਸੀ ਹੁੰਦਾ ਉਦੋਂ ਪੈਦਲ ਹੀ ਪਹੁੰਚ ਜਾਂਦੇ ਹੁੰਦੇ ਸੀਗੇ ਅੱਛਾ ਇਹ ਦੱਸੋ ਕਿ ਵੰਡ 47 ਤੋਂ ਪਹਿਲਾਂ ਇੱਥੇ ਮੇਲਾ ਕਿੱਥੇ ਵੇਖਣ ਜਾਂਦੇ ਸੀ ਇੱਥੇ ਮੇਲਾ ਇੱਕ ਤਾਂ ਇੱਥੇ ਦਸੂਹਾ ਵੀ ਲੱਗਦਾ ਸੀ ਹਾਂਜੀ ਬੋਦਲੀ ਵੀ ਲੱਗਦਾ ਸੀ ਵਿਸਾਖੀ ਦਾ ਮੇਲਾ ਹਾਂਜੀ ਅਤੇ ਇੱਕ ਇੱਥੇ ਬਿੱਸੋ ਚੱਕ ਬਿੱਸੋ ਚੱਕ ਦੇਖਿਆ ਤੁਸੀਂ ਹਾਂ ਪਿੰਡ ਬਿੱਸੋ ਚੱਕ ਹੈ ਅੱਜ ਪਹਾੜ ਗੜ੍ਹ ਹਾਂਜੀ ਉੱਥੇ ਬਾਬੇ ਦਾ ਮੇਲਾ ਇੱਕ ਛੱਪੜ ਜਿਹਾ ਹੁੰਦਾ ਸੀਗਾ ਹੁਣ ਵੀ ਪਤਾ ਹੈ ਨਹੀਂ ਮੈਂ ਹੁਣ ਕਦੀ ਗਿਆ ਨਹੀਂ ਉੱਧਰ ਅਤੇ ਉੱਥੇ ਫਿਰ ਪਹਿਲਵਾਨ ਕਾਫੀ ਆਉਂਦੇ ਸੀਗੇ ਆ ਸਿੰਘੋਵਾਲ ਦਾ ਬਾਕੋ ਬਾਕੋ ਇੱਕ ਪਹਿਲਵਾਨ ਹੁੰਦਾ ਸੀ ਬੜਾ ਮੰਨਿਆ ਪਹਿਲਵਾਨ ਸੀਗਾ ਬਾਕੋ ਹਾਂ ਸਿੰਘੋਵਾਲ ਇੱਥੇ ਮੁਕੇਰੀਆਂ ਸਿੰਘੋਵਾਲ ਹਾਂਜੀ ਹਾਂਜੀ ਅਤੇ ਉਹ ਫਿਰ ਕਾਫੀ ਬੜਾ ਅੱਛਾ ਪਹਿਲਵਾਨ ਸੀ ਮੁਸਲਮਾਨਾਂ ਦੇ ਮੁਕਾਬਲੇ ਜਿਹੇ ਥੋੜੇ ਮਾੜੇ ਸੀਗੇ ਅੱਛਾ ਜੀ ਤੇ ਇਹ ਪਹਿਲਵਾਨ ਇੱਥੇ ਗੁਰਦਾਸਪੁਰ ਸਾਈਡ ਤੇ ਇਹਦੇ ਪਹਿਲਵਾਨ ਚੰਗੇ ਹੁੰਦੇ ਸੀਗੇ ਠੀਕ ਹੈ ਸਾਡੇ ਪਿੰਡ ਦੋ ਪਹਿਲਵਾਨ ਸੀਗੇ ਇੱਕ ਆਪਣਾ ਅਰਦਾਸਾ ਸੀਗਾ ਬਾਬਾ ਬਾਬਾ ਉਹਨੂੰ ਕਹਿੰਦੇ ਸੀਗੇ ਹਾਂਜੀ ਇਹ ਪੱਸੀ ਦਾ ਵੀ ਸੀਗਾ ਇੱਕ ਤੇ ਇੱਕ ਬਾਕੂ ਜਿਹੜਾ ਸਿੰਘੋਵਾਲ ਦਾ ਸੀ ਬਾਕੂ ਹਾਂਜੀ ਬਾਕੂ ਬਾਕੂ ਠੀਕ ਹੈ ਦੋ ਕਰਾਇਆ ਸੀ ਉਹਨੇ ਉਹ ਬਹੁਤ ਤਕੜਾ ਪਹਿਲਵਾਨ ਸੀਗਾ ਉਹ ਵੀ ਦੱਸਿਆ ਹੁੰਦਾ ਸੀ ਅੱਛਾ ਉਹਨੂੰ ਕੋਈ ਨਹੀਂ ਸਿੱਟਾ ਸਕਦਾ ਉਹ ਕੋਈ ਸਿੱਟਾ ਜਿੱਤ ਦਾ ਨਿਸ਼ਾਨ ਬਣਾਉਂਦਾ ਸੀ ਆਹ ਹੋਰ ਕੋਈ ਹੈ ਤਾਂ 6 ਮਹੀਨੇ ਕੁਸ਼ਤੀਆਂ ਹੁੰਦੀਆਂ ਵਾਨਖੜੇ ਸਟੇਡੀਅਮ ਹੈਗਾ ਬਹੁਤ ਤਕੜਾ ਸਟੇਡੀਅਮ ਅੱਛਾ ਜੀ
एक लाख की कैपेसिटी है उत्थे सीटिंग अरेंजमेंट उदों की गल मैं करना हूँ तो शायद बड़ा हो गया होगा तो उदो साढ़े सानू दो टिकटा फ्री होंगे सी लोग 500 रुपए का टिकट लैके जाते 1000 रुपए का बड़े बड़े अमीर आदमी जोड़े आ उन्होंने टिकट लगता सी उत्थे तो सानू फ्री सी दो सीटा असी मोटरसाइकिल चल जाना उत्थे अपनी वो देखनिया कुश्तियां लिखनिया पूरी वर्ल्ड के पहलवान आते सी उत्थे बॉम्बे हाँ तो ये साढ़े अपना सी ना की ना इहदा अपना पहलवान जिहड़ा मन्निया सी ना सीगा जिहड़ा मर गया ना दावे दा दावे दा भरा नहीं सी दारा सिंह दारा दारा सिंह ने कुश्तियां अहीं बहुत देखियां अच्छा जी यह बहुत तगड़ा पहलवान वर्ल्ड चैंपियन सीगा ठीक है अच्छा तुहाडे पिंड दा वी इक पहलवान हुंदा सी ਸਾਡੇ ਪਿੰਡ ਦੇ ਵੀ ਛੋਟੇ ਛੋਟੇ ਪਹਿਲਵਾਨ ਸੀ ਕੋਈ ਖਾਸ ਵੱਡਾ ਹੈ ਨਹੀਂ ਸੀਗਾ ਛੋਟੀਆਂ ਕੁਸ਼ਤੀਆਂ ਘੁਲਦੇ ਸਨ ਛੋਟੀਆਂ ਕੁਸ਼ਤੀਆਂ ਘੁਲਦੇ ਸਨ ਠੀਕ ਹੈ ਅਤੇ ਪੱਸੀ ਦਾ ਸੀਗਾ ਇੱਕ ਵੀਰੂ ਵੀਰੂ ਪਹਿਲਵਾਨ ਉਹ ਚੰਗਾ ਸੀਗਾ ਉਹ ਮੁਸਲਮਾਨ ਸੀ ਨਹੀਂ ਉਹ ਹਿੰਦੂ ਸੀ ਹਿੰਦੂ ਸੀ ਠੀਕ ਇੱਕ ਬਾਬਾ ਸੀਗਾ ਅਰਧਾਵਿਆਂ ਦਾ ਹਾਂਜੀ ਉਹ ਵੀ ਚੰਗਾ ਪਹਿਲਵਾਨ ਇੱਕ ਵੀਰੂ ਸੀ ਉਹ ਵੀ ਹਿੰਦੂ ਸੀਗਾ ਸਿੱਖ ਸੀਗਾ ਜੱਟ ਸੀਗਾ ਠੀਕ ਉਹ ਫਿਰ ਇੱਥੇ ਘੁਲਦਾ ਹੁੰਦਾ ਛੋਟੀ ਛੋਟੀਆਂ ਕੁਸ਼ਤੀਆਂ ਦੇ ਵਿੱਚ ਬਾਕੀ ਅਸੀਂ ਉੱਥੇ ਬੰਬੇ ਬਹੁਤ ਕੁਸ਼ਤੀਆਂ ਦੇਖੀਆਂ ਠੀਕ ਹੈ ਚਲੋ ਠੀਕ ਹੈ ਜੀ ਤੁਸੀਂ ਕੀਤੀਆਂ ਪੁਰਾਣੀਆਂ ਯਾਦਾਂ ਸਾਨੀਆਂ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ